ਮਾਹਿਰਾਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਪੂਰਬੀ ਤੱਟ ਉੱਤੇ ਨੌ ਦੀ ਤੀਬਰਤਾ ਦਾ ਪੁਚਾਲ ਆਉਣ ਦੀ ਸੰਭਾਵਨਾ ਹੈ ਜੋ ਕਿ ਕਾਫੀ ਤਬਾਹੀ ਮਚਾ ਸਕਦਾ ਹੈ। ਖੇਤਰ ਦਾ ਅਧਿਐਨ ਕਰ ਰਹੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਗਲੇ 50 ਸਾਲਾਂ ਦੇ ਅੰਦਰ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਫਾਲਟ ਲਾਈਨ ਦੇ ਨਾਲ ਮੇਗਾ ਪੁਚਾਲ ਆਉਣ ਦੀ ਸੰਭਾਵਨਾ ਹੈ। ਸਾਲ 2016 ਵਿੱਚ ਨਿਊਜ਼ੀਲੈਂਡ ਦੇ ਸਭ ਤੋਂ ਸ਼ਕਤੀਸ਼ਾਲੀ ਪੁਚਾਲਾਂ ਵਿੱਚੋਂ ਇੱਕ ਕੈਕੋਰਾ ਪੁਚਾਲ ਸੀ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 7.8 ਸੀ, ਜਦਕਿ 2011 ਵਿੱਚ ਕ੍ਰਾਈਸਟ ਚਰਚ 'ਚ ਆਏ ਪੁਚਾਲ ਦੀ ਤੀਬਰਤਾ 6.3 ਮਾਪੀ ਗਈ ਸੀ। ਡਾਕਟਰ ਕੇਟ ਕਲਾਰਕ ਨੇ ਕਿਹਾ ਕਿ ਵਿਗਿਆਨ ਵਿੱਚ ਤਰੱਕੀ ਨੇ ਵੱਡੇ ਸਬਡਕਸ਼ਨ ਜ਼ੋਨ ਪੁਚਾਲਾਂ ਦੀ ਭਵਿੱਖਬਾਣੀ ਦੀ ਇਜਾਜ਼ਤ ਦਿੱਤੀ ਹੈ ਜੋ 8 ਅਤੇ 9 ਦੀ ਤੀਬਰਤਾ ਵਾਲੇ ਪੁਚਾਲ ਦੀਆਂ ਘਟਨਾਵਾਂ ਨੂੰ ਦੇਖ ਸਕਦੇ ਨੇ। ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਮਾਰਲਬਰੋ ਵਿੱਚ ਗ੍ਰਾਮ ਸੇਰ ਝੀਲ ਉੱਤੇ ਇੱਕ ਅਧਿਐਨ ਕੀਤਾ। ਉਸ ਜਗ੍ਹਾ ਉੱਤੇ ਸਾਨੂੰ 2 ਅਸਲ ਵਿੱਚ ਵੱਡੀਆਂ ਸੁਨਾਮੀਆਂ ਦੇ ਸਬੂਤ ਮਿਲੇ ਨੇ, ਇੱਕ ਲਗਭਗ 1500 ਸਾਲ ਪੁਰਾਣੀ ਅਤੇ ਇੱਕ ਲਗਭਗ 200 ਸਾਲ ਪੁਰਾਣੀ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਅਸੀਂ ਸਬਡਕਸ਼ਨ ਜ਼ੋਨ ਉੱਤੇ ਵੱਡੇ ਪੁਚਾਲਾਂ ਦੀ ਬਾਰੰਬਾਰਤਾ ਦੀ ਗਣਨਾ ਕਰਨ ਦੇ ਯੋਗ ਹੋਏ ਹਾਂ। ਡਾਕਟਰ ਕਲਾਰਕ ਨੇ ਕਿਹਾ ਕਿ ਪਲੇਟ ਸੀਮਾ ਦੇ ਦੱਖਣੀ ਹਿੱਸੇ ਉੱਤੇ ਵੱਡੇ ਪੁਚਾਲ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਬਿਊਰੋ ਰਿਪੋਰਟ, ਐਨਜੈੱਡ ਪੰਜਾਬੀ ਨਿਊਜ਼।